ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਦਾ ਸਾਡਾ ਖਾਸ ਪ੍ਰੋਗਰਾਮ ਕੁਈਨਸ ਆਫ ਬਾਲੀਵੁੱਡ ਅੱਜ ਕੱਲ੍ਹ ਕਰਾਂਗੇ ਸੁਪਰਸਿੱਧ ਅਭਿਨੇਤਰੀ ਰਵੀਨਾ ਟੰਡਨ ਰਵੀਨਾ ਟੰਡਨ ਦਾ ਜਨਮ 26 ਅਕਤੂਬਰ 1974 ਨੂੰ ਬੰਬੇ ਵਿਖੇ ਹੋਇਆ ਸਨ 1991 ਵਿੱਚ ਫਿਲਮ ਪੱਥਰ ਕੇ ਫੂਲ ਤੋਂ ਉਹਨਾਂ ਨੇ ਆਪਣੇ ਅਭਿਨੇ ਦੀ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀਆਂ ਕਾਫੀ ਫਿਲਮਾਂ ਆਈਆਂ ਜੋ ਕਿ ਸੁਪਰ ਹਿੱਟ ਰਹੀਆਂ 1991 ਤੋਂ ਬਾਅਦ ਲਾਡਲਾ ਦਿਲਵਾਲੇ ਅਤੇ ਮੋਹਰਾ ਫਿਲਮਾਂ ਆਉਣ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਫਰਸ਼ ਤੋਂ ਅਰਸ਼ 'ਤੇ ਬਿਠਾ ਦਿੱਤਾ ਫਿਰ ਖਿਲਾੜੀ ਓ ਖਿਲਾੜੀ ਦੁੱਲੇ ਰਾਜਾ ਵਰਗੀਆਂ ਕਈ ਫਿਲਮਾਂ ਆਈਆਂ ਅਤੇ ਸੁਪਰ ਹਿੱਟ ਰਹੀਆਂ ਗੋਵਿੰਦਾ ਦੇ ਨਾਲ ਰਵੀਨਾ ਟੰਡਨ ਦੀ ਜੋੜੀ ਸੁਪਰ ਹਿੱਟ ਰਹੀ ਗੁਲਾਮੇ ਮੁਸਤਫਾ ਦਮਨ ਸੱਤਾ ਵਰਗੀਆਂ ਫਿਲਮਾਂ ਕਰਕੇ ਰਵੀਨਾ ਟੰਡਨ ਨੇ ਸਾਬਤ ਕਰ ਦਿੱਤਾ ਕਿ ਉਹ ਇੱਕ ਆਫ ਬੀਟ ਸਿਨੇਮਾ ਦੀ ਅਭਿਨੇਤਰੀ ਵੀ ਹੈ ਉਹਨਾਂ ਨੂੰ ਫਿਲਮ ਸੱਤਾ ਦੇ ਲਈ ਨੈਸ਼ਨਲ ਅਵਾਰਡ ਵੀ ਮਿਲਿਆ ਇਸ ਤੋਂ ਇਲਾਵਾ ਉਹਨਾਂ ਨੂੰ 2 ਫਿਲਮਫੇਅਰ ਅਵਾਰਡ ਮਿਲੇ ਇੱਕ ਇੰਟਰਵਿਊ ਵਿੱਚ ਰਵੀਨਾ ਟੰਡਨ ਨੇ ਕਿਹਾ ਕਿ ਉਹ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ ਪਰ ਪ੍ਰਹਲਾਦ ਕੱਕੜ ਦੇ ਕਹਿਣ 'ਤੇ ਉਹਨਾਂ ਨੇ ਆਪਣੀ ਫਿਲਮਾਂ ਵਿੱਚ ਐਂਟਰੀ ਕੀਤੀ ਅਗਰ ਤੁਹਾਨੂੰ ਯਾਦ ਹੋਵੇ ਤਾਂ ਕੁਛ ਕੁਛ ਹੁੰਦਾ ਹੈ ਫਿਲਮ ਦੀ ਸੈਕਿੰਡ ਡੇ ਜੋ ਕਿ ਰਾਣੀ ਮੁਖਰਜੀ ਨੇ ਕੀਤੀ ਸੀ ਉਹ ਰੋਲ ਰਵੀਨਾ ਟੰਡਨ ਨੂੰ ਮਿਲਿਆ ਸੀ ਪਰ ਕਿਸੇ ਵਜ੍ਹਾ ਕਾਰਨ ਰਵੀਨਾ ਟੰਡਨ ਨੇ ਉਹ ਰੋਲ ਨਹੀਂ ਕੀਤਾ 1999 ਵਿੱਚ ਉਹਨਾਂ ਨੇ ਕੰਨੜ ਫਿਲਮ ਉਪਿੰਦਰ ਵਿੱਚ ਕੰਮ ਕੀਤਾ ਜੋ ਕਿ ਹਿੱਟ ਹੋਈ ਗੋਵਿੰਦਾ ਅਤੇ ਰਵੀਨਾ ਟੰਡਨ ਦੀ ਜੋੜੀ ਅੱਜ ਵੀ ਦਰਸ਼ਕਾਂ ਦੇ ਦਿਲਾਂ ਦੇ ਰਾਜ ਕਰਦੀ ਹੈ ਅਤੇ ਰਵੀਨਾ ਟੰਡਨ ਦੇ ਗੀਤ ਟਿਪ ਟਿਪ ਬਰਸਾ ਪਾਣੀ ਜੋ ਕਿ ਅਕਸ਼ੇ ਕੁਮਾਰ ਨੇ ਗਾਇਆ ਸੀ ਉਹ ਅੱਜ ਵੀ ਲੋਕਾਂ ਦੀ ਜ਼ਬਾਨ 'ਤੇ ਬਣਿਆ ਹੋਇਆ ਹੈ ਗੋਵਿੰਦਾ ਦੇ ਨਾਲ ਫਿਲਮਾਇਆ ਗਿਆ ਉਹਨਾਂ ਦਾ ਗੀਤ ਕਿਸੇ ਡਿਸਕੋ ਮਿਲ ਜਾਏ ਅੱਜ ਵੀ ਹਰ ਵਿਆਹ ਸ਼ਾਦੀ ਸਾਨੂੰ ਸੁਣਨ ਲਈ ਮਿਲ ਜਾਂਦਾ ਹੈ ਸਨ 2000 ਤੋਂ ਬਾਅਦ ਰਵੀਨਾ ਟੰਡਨ ਨੇ ਆਰਟਿਸਟਿਕ ਸਿਨੇਮਾ ਯਾਨੀ ਕਿ ਆਰਟ ਸਿਨੇਮਾ ਵੱਲ ਆਪਣਾ ਮੁੱਖ ਮੋੜ ਲਿਆ ਅਤੇ ਕਮਰਸ਼ੀਅਲ ਫਿਲਮਾਂ ਵਿੱਚ ਘੱਟ ਨਿਕਲਣ ਲੱਗੇ ਸ਼ੂਲ ਅਕਸ਼ ਦਮਨ ਸੱਤਾ ਬੁਲੰਦੀਆਂ ਵਰਗੀ ਫਿਲਮਾਂ ਕਰਕੇ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਇੱਕ ਬਹੁਤ ਹੀ ਵਧੀਆ ਅਭਿਨੇਤਰੀ ਹੈ 2006 ਵਿੱਚ ਆਈ ਫਿਲਮ ਸੈਂਡਵਿਚ ਵਿੱਚ ਰਵੀਨਾ ਟੰਡਨ ਦਿਖੀ ਪਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਘਰ ਵਸਾਰਿਆ ਅਤੇ ਫਿਰ ਉਹਨਾਂ ਨੇ ਦੁਬਾਰਾ ਐਂਟਰੀ ਮਾਰੀ 2015 ਵਿੱਚ ਫਿਲਮ ਬੋਂਬੇ ਬੈਲਵੇਟ ਤੋਂ ਜਿਸ ਵਿੱਚ ਉਹਨਾਂ ਦਾ ਰੋਲ ਬਹੁਤ ਵਧੀਆ ਸੀ 2017 ਵਿੱਚ ਆਈ ਫਿਲਮ ਮਾਤਰ ਵਿੱਚ ਉਹਨਾਂ ਨੇ ਇੱਕ ਮਾਂ ਦਾ ਕਿਰਦਾਰ ਨਿਭਾਇਆ ਜੋ ਕਿ ਆਪਣੀ ਬੇਟੀ ਦੇ ਰੀਪ ਦਾ ਬਦਲਾ ਲੈਂਦੀ ਹੈ ਅਤੇ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਇਸ ਫਿਲਮ ਲਈ ਉਹਨਾਂ ਨੂੰ ਕਈ ਅਵਾਰਡ ਵੀ ਮਿਲੇ ਉਹਨੇ ਦੀ ਫਿਲਮ ਸ਼ਬ ਵਿੱਚ ਵੀ ਰਵੀਨਾ ਟੰਡਨ ਦਾ ਬਹੁਤ ਵਧੀਆ ਰੋਲ ਸੀ ਜਿੱਥੋਂ ਸਾਬਿਤ ਹੁੰਦਾ ਹੈ ਕਿ ਉਹ ਇੱਕ ਪ੍ਰਤਿਭਾਸ਼ਾਲੀ ਅਭਿਨੇਤਰੀ ਹੈ ਰਵੀਨਾ ਟੰਡਨ ਦੀ ਸ਼ਾਦੀ ਅਨਿਲ ਦੇ ਨਾਲ ਹੋਈ ਅਤੇ ਉਹਨਾਂ ਦੀ ਇੱਕ ਬੇਟੀ ਰਾਸ਼ਾ ਅਤੇ ਬੇਟਾ ਰਣਵੀਰ ਵਰਧਨ ਹੈ ਅੱਜ ਵੀ ਕਾਫੀ ਐਡਸ ਅਤੇ ਕਾਫੀ ਰਿਐਲਿਟੀ ਸ਼ੋਅ ਵਿੱਚ ਰਵੀਨਾ ਟੰਡਨ ਨਜ਼ਰ ਆਉਂਦੀ ਹੈ ਅਗਲੇ ਹਫ਼ਤੇ ਕੁਈਨਸ ਆਫ ਬਾਲੀਵੁੱਡ ਵਿੱਚ ਗੱਲ ਕਰਾਂਗੇ ਇੱਕ ਐਸੀ ਅਭਿਨੇਤਰੀ ਦੀ ਜੋ ਕਿ ਬਹੁਤ ਛੋਟੀ ਉਮਰ ਵਿੱਚ ਹੀ ਬਾਲੀਵੁੱਡ ਨੂੰ ਅਲਵਿਦਾ ਕਰ ਗਈ ਪਰ ਅੱਜ ਤੱਕ ਉਹਨਾਂ ਦਾ ਨਾਮ ਬਾਲੀਵੁੱਡ ਵਿੱਚ ਬਣਿਆ ਹੋਇਆ ਹੈ ਅਗਲੀ ਵਾਰ ਗੱਲ ਕਰਾਂਗੇ ਇੱਕ ਐਸੀ ਅਭਿਨੇਤਰੀ ਜੋ ਕਿ ਆਰਟਿਸਟਿਕ ਸਿਨੇਮਾ ਇੱਕ ਐਸੀ ਅਭਿਨੇਤਰੀ ਦੀ ਜਿਸ ਨੇ ਆਰਟਿਸਟਿਕ ਸਿਨੇਮਾ ਨੂੰ ਜਨਮ ਦਿੱਤਾ ਜੀ ਹਾਂ ਗੱਲ ਕਰ ਰਹੇ ਹਾਂ ਸਮਿਤਾ ਪਾਠਕ ਦੀ ਅਗਲੇ ਹਫ਼ਤੇ ਸਮਿਤਾ ਪਾਠਕ ਅਤੇ ਉਹਨਾਂ ਦੀ ਯਾਦਾਂ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤਦ ਤੱਕ